अज असीं श्री गुरु रामदास एयरपोर्ट विखे राजासांसी विखे आए हाँ। जिवें कि सारिआं नूं पता है कि जिहड़ी कोविड-19 जिहड़ी महामारी संसार दे विच चल रही है, सारिआं जिन्ने भी वर्ग ने इस चीज़ तों अफैक्टड हो रहे आ, उहदे विच एविएशन दे नाल संबंधित जिहड़ी लोग ने जिहड़े इंप्लाई इत्थे काम करते ने, उह भी इंडस्ट्री बड़ी वड्डी प्रभावित हुई है, जिहदे करके बहुत सारी कंपनियां जिहड़ियां उहनां दे मुलाज़म जिहड़े ने उहनां नूं रोटी दे भी जिहड़े उह लाले पै गए सन। तो इंडो थाई कंपनी के कुछ मुलाजम ने जिहड़े 90 की गिनती जिन्हां की लगभग हैगी आ, उन्होंने सरबत दा भला चैरिटेबल ट्रस्ट को अप्रोच की सी कि उन्हां दी कोई वाद नहीं पुछ रहा। तो उन्हां दीआं जिहड़ीआं मुश्किलां सन खाण पीण दीआं राशन दीआं उहनूं हल करदे हुए डॉक्टर एस पी सिंह ओबराए होणा ने अज उन्हां दे वास्ते राशन की जिहड़ी खेप आ उह भेजी है, जिहड़ी अज इन्हां नूं असीं जिहड़ी आ वंड दित्ती है। ਭਾਈ ਤੁਹਾਡਾ ਨਾਮ ਕੀ ਹੈ ਅਤੇ ਇੱਥੇ ਅੱਜ ਕੀ ਪ੍ਰੋਗਰਾਮ ਸੀ ਜਿਹੜਾ ਤੁਹਾਡਾ? ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਅੱਜ ਅਸੀਂ ਇੱਥੇ ਸਾਰੇ ਵਰਕਰ ਇੰਡੋ ਥਾਈ ਕੰਪਨੀ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਅਤੇ ਇੰਡੋ ਥਾਈ ਕੰਪਨੀ ਦੇ ਸਾਰੇ ਵਰਕਰ ਹਾਂ। ਅਸੀਂ ਤਕਰੀਬਨ 90 ਜਣਿਆਂ ਅਸੀਂ ਇੱਥੇ ਆਏ ਹਾਂ। ਸਾਨੂੰ ਸਰਦਾਰ ਐਸ ਪੀ ਸਿੰਘ ਜੀ ਓਬਰਾਏ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੀ ਬਾਂਹ ਫੜੀ ਆ। ਤਕਰੀਬਨ 4 ਮਹੀਨੇ ਤੋਂ ਲੋਕਡਾਊਨ ਦਾ ਕਰਕੇ ਸਾਡੀ ਕੰਪਨੀ ਨੇ ਵੀ ਸਾਡੀ ਬਾਂਹ ਨਹੀਂ ਫੜੀ, ਤਨਖਾਹ ਜਿਹੜੀ ਆ ਉਹ ਸਾਨੂੰ ਨਹੀਂ ਮਿਲੀ ਸਾਡੀ ਕੰਪਨੀ ਵੱਲੋਂ ਵੀ, ਸਰਕਾਰ ਨੇ ਵੀ ਸਾਡੀ ਇਸ ਘੜੀ ਦੇ ਵਿੱਚ ਕੋਈ ਮਦਦ ਨਹੀਂ ਕੀਤੀ। ਅਤੇ ਅਸੀਂ ਇਸ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਹੜੀ ਹੈ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ, ਜਿਨ੍ਹਾਂ ਨੇ ਸਾਡੀ ਔਖੀ ਵੇਲੇ ਇਹ ਬਾਂਹ ਫੜ ਕੇ ਅਤੇ ਸਾਨੂੰ ਜਿਹੜਾ ਇਹ ਰਾਸ਼ਨ ਦੀ ਸੇਵਾ ਕਰਕੇ ਸਾਡੇ 'ਤੇ ਬਹੁਤ ਪਰਉਪਕਾਰ ਕੀਤਾ। ਕਰਤੀ ਸਟਾਰਟ, ਫੋਟੋ ਵੀ ਖਿੱਚਣੀ ਨਾਲ ਨਾਲ ਫੋਟੋ ਖਿੱਚ ਫੋਟੋ ਵੀ ਖਿੱਚਦੇ ਜਾਵਾਂ ਇੱਕ ਇੱਕ ਟੀ ਠੀਕ ਰਹਿੰਦੇ ਨੂੰ ਖਾਂਦੇ।